ਹੈਲੋ ਦੋਸਤੋ ਵੈਲਕਮ ਟੂ ਮਾਈ YouTube ਚੈਨਲ ਅੱਜ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਪਿੰਨੀਆਂ ਕਿੱਦਾਂ ਬਣਾਈਦੀਆਂ ਸੋ ਸਭ ਤੋਂ ਪਹਿਲਾਂ ਕੜਾਈ ਵਿੱਚ ਅੱਧਾ ਕਿਲੋ ਘਿਓ ਨੂੰ ਪਿਘਲਾਓ ਸਰਦੀਆਂ ਬਹੁਤ ਹੱਦ ਤੱਕ ਕਰਕੇ ਘਿਓ ਪਿਘਲਾਉਣਾ ਪੈਂਦਾ ਹੁਣ ਇਹਦੇ ਵਿੱਚ ਆਹੀ ਬੇਸਣ ਪਾਵਾਂਗੇ ਬੇਸਣ ਪਾ ਕੇ ਆਹੀ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਮਿਕਸ ਕਰਕੇ ਆਹੀ ਹੁਣ ਇਹਦੇ ਵਿੱਚ ਗੜ੍ਹੀ ਫੇਰ ਰਹੇ ਹਾਂ ਸੋ ਕਰਦੇ ਕਰਦੇ ਆਹੀ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਉਦੋਂ ਤੱਕ ਕਰਾਂਗੇ ਮਿਕਸ ਜਦੋਂ ਤੱਕ ਇਹ ਰਚ ਨਹੀਂ ਜਾਂਦਾ ਚੰਗੀ ਤਰ੍ਹਾਂ ਘਿਓ ਇਹਦੇ ਵਿੱਚ ਫੇਰੇ ਖੋਦੀ ਕੀ ਉਹ ਛੱਡੂੰਗਾ ਸੋ ਇਹਦੇ ਇੱਕ ਹੋਰ ਤਰੀਕਾ ਹੈ ਕਿ ਜਦੋਂ ਇਹਨੇ ਭੁੱਜ ਜਾਣਾ ਚੰਗੀ ਤਰ੍ਹਾਂ ਬੇਸਨ ਨੇ ਫੇਰੇ ਇਹਦੀ ਖੁਸ਼ਬੂ ਆਉਣ ਲੱਪਣੀ 스ਮੈਲ ਆਉਣਾ ਪੈਂਦੀ ਆ ਸੋ ਇਦਾਂ ਹੀ ਕਰਦੇ ਕਰਦੇ ਆਪਾਂ ਹੁਣ ਦੇਖੋ ਕਿ ਉਹ ਆਪਣਾ ਥੋੜਾ ਜਿਹਾ ਘੱਟ ਪਿਆ ਸੋ ਆਪਾਂ ਥੋੜਾ ਜਿਹਾ ਹੋਰ ਕਿਹੋ ਪਾਵਾਂਗੇ ਇਹਦੇ ਵਿੱਚ ਇਹਦਾ ਇਹ ਹੈ ਕਿ ਇਹ ਕਿਹੋ ਬਹੁਤ ਖਿੱਚਦਾ ਆ ਸੋ ਸਾਨੂੰ ਕਿਹੋ ਦੀ ਥੋੜੀ ਜਿਹੀ ਵੀ ਢਿੱਲ ਨਹੀਂ ਰੱਖਣੀ ਪੈਣੀ ਕਿਹੋ ਇਹਦੇ ਵਿੱਚ ਬਹੁਤ ਭੈਣਾ ਸੋ ਇਹਦੇ ਵਿੱਚ ਹੋਰ ਆਪਾਂ ਕਿਹੋ ਪਾਇਆ ਆ ਕਿਓ ਆਪਾਂ ਉਹਨਾ ਪਾਵਾਂਗੇ ਜਦੋਂ ਜਿੰਨਾ ਚਿਰ ਇਹ ਵਧੀਆ ਆਪਾਂ ਨੂੰ ਲੱਗਦਾ ਨਹੀਂ ਕਿ ਹਾਂ ਹੁਣ ਨਹੀਂ ਜ਼ਰੂਰਤ ਹੈਗੀ ਕਿ ਕਿਓ ਦੀ ਸੋ ਆ ਹੁਣ ਆਪਾਂ ਹੋਰ ਕਿਓ ਪਾ ਰਹੇ ਆ ਵਿੱਚ ਇਹਦੇ ਸੋ ਇਹ ਹੈ ਕਿ ਤੁਸੀਂ ਕਿਓ ਨੂੰ ਘੱਟ ਤੋਂ ਘੱਟ 3 ਕਿਲੋ ਤੁਹਾਨੂੰ ਚਾਹੀਦਾ ਹੀ ਹੈ ਕਿਓ ਆਪਾਂ 3 ਕਿਲੋ ਪੱਕਾ ਕਿਓ ਰੱਖ ਸਕਦੇ ਹਾਂ ਆਪਣੇ ਕੋਲ ਫਿਰ ਇਤੋਂ ਬਾਅਦ ਆਹੀ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਮਿਕਸ ਕਰਦੇ ਕਰਦੇ ਦੇਖੋ ਹੋਲੇ-ਹੋਲੇ ਇਹਨੇ ਮਿਕਸ ਹੋਈ ਜਾਣਾ ਆ ਤੇ ਆਪਾਂ ਥੱਲੇ ਨਹੀਂ ਲੱਗਣ ਦੇਣਾ ਇਹਨੂੰ ਕਿਉਂਕਿ ਗੈਸ ਵੀ ਆਪਾਂ ਜ਼ਿਆਦਾ ਤੇਜ਼ ਨਹੀਂ ਰੱਖਣੀ ਬਿਲਕੁਲ ਇਹੀ ਘੱਟ ਤੇ ਸੇਮ ਤੇ ਰੱਖੀ ਹੋਈ ਆ ਹੁਣ ਇਹਨੇ ਜਦੋਂ-ਜੋ ਉਹ ਪਿਗਲੀ ਗਿਆ ਆਪ ਇਹਨੇ ਨਾਲ-ਨਾਲ ਮਿਕਸ ਕਰ ਦੇਣਾ ਸਾਰਾ ਕੁਝ ਸੋ ਦੇਖ ਲਓ ਇਹ ਸਾਰਾ ਕੁਝ ਮਿਕਸ ਹੁੰਦਾ ਪਿਆ ਲਓ ਜੀ ਦੇਖੋ ਹੁਣ ਆਪਣਾ ਮਿਕਸ ਹੋ ਰਿਹਾ ਸਾਰਾ ਕੁਝ ਹੋ ਗਿਆ ਆ ਇਹਨੇ ਕਲਰ ਦੇਖੋ ਇਹਦਾ ਚੇਂਜਿੰਗ ਆ ਗਈ ਹੈ ਕਲਰ ਵਿੱਚ ਕਿਓ ਚੰਗੀ ਤਰ੍ਹਾਂ ਮਿਕਸ ਹੋ ਗਿਆ ਇਹਦੇ ਵਿੱਚ ਹੁਣ ਇਹਨੇ ਕਿਓ ਦੇਖੋ ਖੋਦੀ ਜਦਾਂ ਮੈਂ ਕਿਹਾ ਸੀ ਤੁਹਾਨੂੰ ਕਿ ਇਹਨਾਂ ਛੱਡ ਦੇਣਾ ਕਿਓ ਹੁਣ ਇਹਨੇ ਕਿਓ ਵੀ ਛੱਡਤਾ ਆ ਬੇਸਨ ਹੈ ਸੋ ਦੇਖੋ ਇਹਦੇ ਵਿੱਚ ਆਪਾਂ ਨੂੰ ਹੁਣ ਇਹਦੀ ਸਮੈਲ ਵੀ ਆਉਣ ਲੱਗ ਪਈ ਹੈ ਖੁਸ਼ਬੂਆਂ ਆਉਣ ਲੱਗ ਪਈਆਂ ਬਹੁਤ ਵਧੀਆ ਇਹ ਤੇ ਆਪਾਂ ਉਦਾਂ ਵੀ ਖਾ ਸਕਦੇ ਆ ਇੰਨੀ ਚੀਜ਼ ਵਧੀਆ ਬਣੀ ਆ ਹੁਣ ਇਦਾਂ ਹੀ ਆਪਾਂ ਇਹਨੂੰ ਮਿਕਸ ਕਰ ਕਰਕੇ ਤੇ ਆਪਾਂ ਅਲੱਗ ਬਰਤਨ ਵਿੱਚ ਇਹਨੂੰ ਰੱਖ ਲੈਣੇ ਆ ਠੀਕ ਆ ਹੁਣ ਇਸ ਤੋਂ ਬਾਅਦ ਫੇਰ ਆਪਾਂ ਘਿਓ ਪਾਇਆ ਆ ਘਿਓ ਪਾ ਕੇ ਇਹਦੇ ਵਿੱਚ ਆਪਾਂ ਪਿਗਲਾਵਾਂਗੇ ਇਹਨੂੰ ਆ ਦੇਖੋ ਆਪਾਂ ਸਾਈਡ ਤੇ ਬੇਸਨ ਰੱਖਿਆ ਜਿਹੜਾ ਭੁੰਨ ਗਿਆ ਚੰਗੀ ਤਰ੍ਹਾਂ ਫੇਰ ਆਪਾਂ ਇਹਦੇ ਤੇ ਘਿਓ ਪਾਵਾਂਗੇ ਹੋਰ ਪਿਗਲਾ ਕੇ ਫੇਰ ਇਹਦੇ ਵਿੱਚ ਪਾਵਾਂਗੇ ਮੂੰਗੀ ਮੂੰਗੀ ਆਪਾਂ ਉਦਾਂ ਹੀ ਬੇਸਨ ਵਰਗੂ ਕਰਨਾ ਆ ਮੂੰਗੀ ਪਾ ਕੇ ਆਪਾਂ ਆਪਣੇ ਹਿਸਾਬ ਨਾਲ ਦੇਖਣਾ ਕਿੰਨਾ ਮਟੀਰੀਅਲ ਆਪਾਂ ਬਣਾਉਣਾ ਹਨਾ ਤੇ ਅਹੀਂ ਆ ਸਾਈਡ ਤੇ ਆਹੀ ਬਤਿੱਲੇ ਵਿੱਚ ਪਾਣੀ ਪਾ ਕੇ ਗਰਮ ਥੋੜਾ ਜਿਆ ਤੇ ਉਹਦੇ ਵਿੱਚ ਗੁੜ ਪਾਇਆ ਆ ਸੋ ਇਹਨੂੰ ਵੀ ਆਪਾਂ ਪਿਗਲੋਣਾ ਆ ਆਪਣੇ ਹਿਸਾਬ ਨਾਲ ਆਪਾਂ ਰੱਖ ਸਕਦੇ ਹਾਂ ਕਿ ਜਿੰਨਾ ਕ ਆਪਾਂ ਨੂੰ ਮਿੱਠਾ ਚਾਹੀਦਾ ਹੈ ਹਨਾ ਆਪਾਂ ਖੰਡ ਨੀਰ ਵਿੱਚ ਪਾਵਾਂਗੇ ਆ ਆਪਾਂ ਅਲਸੀ ਜਿਹੜੀ ਹੁਣ ਇਹਨੂੰ ਮਿਕਸ ਕਰਾਂਗੇ ਇਹਦੇ ਵਿੱਚ ਵੀ ਆਪਾਂ ਕਿਉ ਵੱਧ ਪਾਇਆ ਆ ਸੋ ਦੇਖੋ ਹੁਣ ਆਪਣਾ ਗੁੜ ਵੀ ਦੇਖੋ ਚੰਗੀ ਤਰ੍ਹਾਂ ਮਿਕਸ ਹੋ ਰਿਹਾ ਆ ਹੁਣ ਪਿਗਲ ਰਿਹਾ ਆ ਤੇ ਦੇਖੋ ਇਹਦੇ ਵਿੱਚ ਆਪਾਂ ਕੜਸ਼ੀ ਮਾਰਦੇ ਰਹਿਣਾ ਹੈ ਥੱਲੇ ਨਹੀਂ ਲੱਗਣਾ ਚਾਹੀਦਾ ਬਸ ਥੱਲੇ ਜਦੋਂ ਲੱਗ ਗਿਆ ਫਿਰ ਟੇਸਟੇ ਤਾਂ ਖਰਾਬ ਹੋ ਜਾਂਦਾ ਸੇਕ ਜਿਆਦਾ ਲੱਗ ਜਾਂਦਾ ਫਿਰ ਆਪਾਂ ਕੜਸ਼ੀ ਮਾਰਦੇ ਰਹਿਣਾ ਇਦਾਂ ਹੀ ਕਰਦੇ ਥੋੜੀ ਥੋੜੀ ਵਿੱਚ ਮਾੜੀ ਮੋਟੀ ਕਰਦੇ ਆ ਨਾ ਦੇਖੋ ਆਪਣਾ ਗੁੜ ਵੀ ਚੰਗੀ ਤਰ੍ਹਾਂ ਪਿਗਲ ਗਿਆ ਸਾਰਾ ਦੇਖੋ ਜੀ ਇਹਦਾ ਰੰਗ ਚੇਂਜ ਹੋ ਗਿਆ ਚੰਗੀ ਤਰ੍ਹਾਂ ਮਿਕਸ ਹੋ ਗਿਆ ਸਾਰਾ ਕੁਝ ਹੁਣ ਆਪਾਂ ਇਹਨੂੰ ਸੇਕ ਲਵਾ ਕੇ ਤੇ ਇਹਨੂੰ ਅਲੱਗ ਫੇਰ ਕੱਢ ਲੈਣਾ ਆਪਾਂ ਉਹਦੇ ਵਿੱਚ ਹੀ ਆਪਾਂ ਮਿਕਸ ਕਰ ਦੇਣਾ ਪਰਾਧਾ ਪਾ ਰੱਖੀ ਆ ਉਹਦੇ ਵਿੱਚ ਹੀ ਆਪਾਂ ਬੇਸਨ ਦੇ ਵਿੱਚ ਹੀ ਪਾਤਾ ਇਹਨੂੰ ਬੇਸਨ ਵਿੱਚ ਸਾਰਾ ਪਾਤਾ ਖਾਲੀ ਕਰਕੇ ਆਪਾਂ ਕੜਾਈ ਤੇ ਫਿਰ ਇਹਦੇ ਵਿੱਚ ਹੋਰ ਆਪਾਂ ਘਿਓ ਪਾਵਾਂਗੇ ਬਸ ਥੋੜੀ ਦੇਰ ਨੂੰ ਆ ਹੁਣ ਫਿਰ ਆਪਾਂ ਵਿੱਚ ਇਹਦੇ ਘਿਓ ਪਾਤਾ ਆ ਔਰ ਦੇਖੋ ਸਾਡਾ ਚੰਗੀ ਤਰ੍ਹਾਂ ਮੈਲਟ ਹੋ ਗਿਆ ਗੁੜ ਆਪਾਂ ਨਾ ਡਰਾਈ ਫਰੂਟ ਆਪਾਂ ਖੈਰ ਵਿੱਚ ਸਾਰਾ ਕੁਝ ਆਪਾਂ ਮਿਕਸ ਕੀਤਾ ਪਿਆ ਆ ਬਦਾਮ ਕਾਜੂ ਕਿਸ਼ਮਿਸ਼ ਸੌਗੀ ਅਮੂ ਫਲੀ ਦੇ ਦਾਣੇ ਸਾਰਾ ਕੁਝ ਆਪਾਂ ਇਹਦੇ ਵਿੱਚ ਮਿਕਸ ਕੀਤਾ ਹੋਇਆ ਬਹੁਤ ਵੈਰਾਈਟੀਆਂ ਆ ਡਰਾਈ ਫਰੂਟ ਦੀਆਂ ਇਹ ਸਾਰੀਆਂ ਆਪਾਂ ਨਿੱਕੇ ਨਿੱਕੇ ਨਾਲ ਦੇ ਪੀਸ ਕਰਕੇ ਆਪਾਂ ਰੱਖਨੇ ਆ ਜਿੱਦਾਂ ਪੀਸ ਕੇ ਥੋੜਾ ਬੋਤਾ ਤੇ ਆ ਦੇਖੋ ਆ ਸਾਰਾ ਮੈਲਟ ਹੋ ਗਿਆ ਆਪਣਾ ਗੋੜਾ ਆ ਇਧਰ ਕਿਉ ਹੋ ਵੀ ਪਿਗਲ ਗਿਆ ਚੰਗੀ ਤਰ੍ਹਾਂ ਹੁਣ ਇਹਦੇ ਵਿੱਚ ਆਪਾਂ ਪਾਈ ਆ ਅਲਸੀ ਤੁਸੀਂ ਆਪਣੇ ਹਿਸਾਬ ਨਾਲ ਪਾ ਸਕਦੇ ਜਿਸ ਹੁਣ ਤੁਸੀਂ ਮਟੀਰੀਅਲ ਬਣਾਉਣਾ ਆਹੀ ਤੇ ਕਿਲੋ ਪਾਈ ਆ ਇਹਦੇ ਵਿੱਚ ਅਲਸੀ ਵੈਸੇ ਵੀ ਡਾਕਟਰ ਸਲਾਹ ਦੇਂਦੇ ਆ ਕਿ ਸਾਨੂੰ ਅਲਸੀ ਸਰਦੀਆਂ ਵਿੱਚ ਖਾਣੀ ਚਾਹੀਦੀ ਅਲਸੀ ਬਹੁਤ ਵਧੀਆ ਹੁੰਦੀ ਸਿਹਤ ਵਾਸਤੇ ਗਰਮ ਹੁੰਦੀ ਆ ਸੋ ਦੇਖੋ ਇਹ ਮਿਕਸ ਹੋ ਰਹੀ ਆ ਆਪਾਂ ਇਹਦੇ ਵਿੱਚ ਆਪਾਂ ਇਹ ਚੀਜ਼ ਦਾ ਧਿਆਨ ਰੱਖਣਾ ਹੈ ਕਿ ਕਿਓ ਜਿਆਦਾ ਪਾਉਣਾ ਦੇਸੀ ਕਿਓ ਆਪਾਂ ਇਸ ਕਰਕੇ ਜਿਆਦਾ ਪਾਉਣਾ ਉਹ ਤੁਹਾਨੂੰ ਅੱਗੇ ਦੱਸਦੇ ਹਾਂ ਕਦ ਲਈ ਪਾਉਣਾ ਜਿਆਦਾ ਕਿਓ ਸੋ ਪਹਿਲਾਂ ਹੀ ਜਿਆਦਾ ਪਾ ਕੇ ਰੱਖਿਓ ਇਹਦੇ ਵਿੱਚ ਕਿਓ ਆ ਆਪਣਾ ਗੁੜ ਸਾਰਾ ਮੈਲਟ ਹੋ ਗਿਆ ਬਹੁਤ ਵਧੀਆ ਬਸ ਥੋੜੇ ਬੋਤੇ ਇਹਦੇ ਵਿੱਚ ਢਿਲੇ ਹੁੰਦੇ ਆ ਉਹ ਥੋੜੇ ਬੋਤੇ ਰਹਿ ਜਾਂਦੇ ਆ ਆਪਾਂ ਉਹਨੂੰ ਵੀ ਪੀਸ ਪੀਸ ਕੇ ਆਪਾਂ ਕਰ ਦੇਣਾ ਆ ਆਪਣਾ ਸਾਰਾ ਦੇਖੋ ਸਮਾਨ ਇਹਨੂੰ ਆਪਾਂ ਦੋਵਾਂ ਨੂੰ ਮਿਕਸ ਕੀਤਾ ਪਿਆ ਆ। ਆਹ ਡਰਾਈ ਫਰੂਟ ਆਪਣਾ ਸਾਰਾ। ਤੁਸੀਂ ਦੇਖ ਸਕਦੇ ਆ ਇਹਦੇ ਵਿੱਚ ਸਾਰਾ ਕੁਝ ਹੈਗਾ। ਜਦੋਂ ਆਪਾਂ ਨੂੰ ਲੱਗੇ ਕਿ ਹਾਂ ਸਾਰਾ ਕੁਝ ਠੀਕ ਹੈ ਇਹ ਮਿਕਸ ਹੋ ਗਿਆ ਆ ਇਹ ਚੰਗੀ ਤਰ੍ਹਾਂ ਇਹ ਹੋ ਗਈ ਆ ਪੁੱਜ ਗਈ ਆ। ਫਿਰ ਆਪਾਂ ਇਹਦੇ ਵਿੱਚ ਅਗਲਾ ਸਮਾਨ ਪਾਉਣਾ। ਹੁਣ ਤੁਹਾਨੂੰ ਮੈਂ ਦੱਸਿਆ ਹੈ ਕਿ ਕਿਉਂਕਿ ਉਹ ਜਿਆਦਾ ਪੌਣਾ ਆ ਇਹਦੇ ਕਰਕੇ ਪੌਣਾ ਆ ਪਰ ਇਹਦੇ ਵਿੱਚ ਇਹ ਡਰਾਈ ਫਰੂਟ ਪਾ ਲੈਣਾ ਸਾਰਾ ਡਰਾਈ ਫਰੂਟ ਇਦਾਂ ਵਿੱਚ ਇਹ ਸਾਰਾ ਪਾ ਕੇ ਜਲਸੀ ਦੇ ਤੇ ਆਪਾਂ ਇਹਨੂੰ ਮਿਕਸ ਕਰਨਾ ਆਪਾਂ ਉਨਾ ਚਿਰ ਮਿਕਸ ਕਰਨਾ ਜਦੋਂ ਤੱਕ ਇਹ ਚੰਗੀ ਤਰ੍ਹਾਂ ਡਰਾਈ ਫਰੂਟ ਵੀ ਗਰਮ ਨਹੀਂ ਹੋ ਜਾਂਦਾ ਭੁੰਨ ਨਹੀਂ ਜਾਂਦਾ ਚੰਗੀ ਤਰ੍ਹਾਂ ਜਦੋਂ ਇਹ ਚੰਗੀ ਤਰ੍ਹਾਂ ਭੁੱਜ ਗਿਆ ਬਸ ਫਿਰ ਆਪਾਂ ਇਹਨੂੰ ਸਾਈਡ ਤੇ ਕੱਢ ਦਾਂਗੇ ਇਹਨੂੰ ਆ ਦੇਖੋ ਹੁਣ ਇਹਨੂੰ ਸੇਕ ਲੱਗ ਗਿਆ ਚੰਗੀ ਤਰ੍ਹਾਂ ਹੁਣ ਆਪਾਂ ਇਹਨੂੰ ਉਹਦੇ ਉੱਤੇ ਹੀ ਪਾ ਦਾਂਗੇ ਮਿਕਸ ਕਰ ਦਾਂਗੇ ਅਹ ਇਹ ਵੱਡਾ ਬਰਤਨ ਲਿਆ ਪਰਾਤ ਲਈ ਆ ਸਾਡਾ ਸਮਾਨ ਥੋੜਾ ਜਿਹਾ ਹੈਗਾ ਸੀ ਜ਼ਿਆਦਾ ਬਣਾਇਆ ਸੀਗਾ ਆ ਦੇਖੋ ਆਪਾਂ ਇਹ ਥੋੜਾ ਥੋੜਾ ਕਰਕੇ ਆਪਾਂ ਸਾਰਾ ਇੱਧਾ ਘਟ ਦਾਂਗੇ ਲੋ ਜੀ ਆਪਾਂ ਸਾਰਾ ਇਹ ਸਮਾਨ ਘਟਤਾ ਆ ਗੱਡੀ ਕਿ ਆਪਾਂ ਸਾਈਡ ਤੇ ਰੱਖਤਾ ਆ ਹੁਣ ਆਪਾਂ ਇਹਦੇ ਵਿੱਚ ਤੇ ਹੁਣ ਆਪਾਂ ਇਹ ਜਿਹੜਾ ਸਾਰਾ ਸਮਾਨ ਹੈਗਾ ਆ ਬਣ ਗਈ ਆ ਸਾਰੀ ਚੀਜ਼ ਹੁਣ ਇਹਨੂੰ ਆਪਾਂ ਮਿਕਸ ਕਰਨਾ ਆ ਚੰਗੀ ਤਰ੍ਹਾਂ ਇਹਨੂੰ ਮਿਕਸ ਕਰੀਏ ਮਿਕਸ ਤਾਂ ਕਿ ਹਰ ਇੱਕ ਚੀਜ਼ ਨਾਲ ਮਿਲ ਜੇ ਇਹਦੇ ਆਪਾਂ ਬੇਸਣ ਜਿਹੜਾ ਬੇਸਣ ਨਾਲ ਮਿਲ ਜੇ ਅਲਸੀ ਮਿਲ ਜੇ ਨਾਲ ਮੂੰਗੀ ਨਾਲ ਮਿਲ ਜੇ ਡਰਾਈ ਫਰੂਟ ਜਿਹੜਾ ਸਾਰਾ ਉਹ ਵੀ ਵਿੱਚ ਇਹ ਨਾਲ ਮਿਲ ਜੇ ਸਾਰੀ ਇੱਜ ਆਪਾਂ ਮਿਕਸ ਕਰਨੀ ਆ ਹੁਣ ਆਪਾਂ ਆਖਰੀ ਕੰਮ ਮਿੱਠੇ ਵਾਸਤੇ ਆਪਾਂ ਗੁੜ ਜਿਹੜਾ ਪਿਗਲਾਇਆ ਆ ਆਪਾਂ ਗੁੜ ਵਿੱਚ ਇਹਦੇ ਪਾ ਦੇਣਾ ਆਪਣੇ ਹਿਸਾਬ ਨਾਲ ਆਪਾਂ ਪਾਉਣਾ ਆ ਜਿੰਨਾ ਕਾਪਾ ਨੂੰ ਮਿੱਠਾ ਚਾਹੀਦਾ ਆ ਆਪਣੇ ਹਿਸਾਬ ਨਾਲ ਤੇ ਆਹੀ ਆਪ ਗੁੜ ਪਾਤਾ ਆ ਵਿੱਚ ਨਾ ਤੇ ਇਹਨੂੰ ਹੁਣ ਆਪਾਂ ਮਿਕਸ ਕਰਾਂਗੇ ਆ ਉਹਨਾਂ ਚੈਰਾ ਹੀ ਕਟਸ਼ੀਆਂ ਇਹਦੇ ਵਿੱਚ ਮਾਰਦੇ ਰਹਿਣਾ ਜਦੋਂ ਤੱਕ ਇਹ ਠੰਡਾ ਨਹੀਂ ਹੋ ਜਾਂਦਾ ਜਦੋਂ ਤੱਕ ਇਹ ਬਿਲਕੁਲ ਠੰਡਾ ਨਹੀਂ ਹੋ ਜਾਂਦਾ ਸਹੀ ਨਹੀਂ ਹੋ ਜਾਂਦਾ ਬਿਲਕੁਲ ਦੇਖੋਣ ਇਹ ਕਟਸ਼ਾ ਉਹਨਾਂ ਚਿਰ ਤੱਕ ਉਦਾਂ ਹੀ ਵੱਜਦੀਆਂ ਰਹੂੰਗੀਆਂ ਆਪਾਂ ਉਦੋਂ ਤੱਕ ਮਾਰਨਾ ਜਦੋਂ ਤੱਕ ਇਹ ਠੰਡਾ ਨਹੀਂ ਹੋ ਜਾਂਦਾ ਫਿਰ ਆਪਾਂ ਪਿੰਨੀਆਂ ਵੀ ਬਣਾਉਣੀਆਂ ਆ ਸੋ ਜੇ ਆਪਾਂ ਇਦਾਂ ਹੀ ਬਣਾਉਣ ਲਾਪੂਗੇ ਤੇ ਇਦਾਂ ਤੇ ਆਪਣੇ ਕੋਲੋਂ ਹੱਥ ਸੜਨੇ ਆ ਕਿਉਂਕਿ ਗਰਮ ਬਹੁਤ ਜ਼ਿਆਦਾ ਮਟੀਰੀਅਲ ਸਾਰਾ ਜਿੱਦਾਂ ਆਪਾਂ ਇਹਨੂੰ ਕੜਸ਼ੀਆਂ ਮਾਰਾਂਗੇ ਉਦੋਂ ਤੱਕ ਇਹਨੇ ਠੰਡਾ ਹੋਈ ਜਾਣਾ ਟਿੱਕਿਓ ਨੇ ਵੀ ਚੰਗੀ ਤਰ੍ਹਾਂ ਇਹਦੇ ਵਿੱਚ ਰਚ ਜਾਣਾ ਗੋੜ ਦਾ ਜਿਹੜੇ ਜਿੰਨੇ ਵੀ ਆਪਾਂ ਬਣਾਇਆ ਸਾਰੇ ਪੇਸਟ ਉਹ ਸਾਰਾ ਇਹਦੇ ਵਿੱਚ ਰਚ ਜਾਣਾ ਚੰਗੀ ਤਰ੍ਹਾਂ ਮਿੱਠਾ ਹੁਣ ਦੇਖੋ ਇਹ ਚੰਗੀ ਤਰ੍ਹਾਂ ਰਚਦਾ ਪਿਆ ਆ ਪਹਿਲਾਂ ਜਿਆਦਾ ਪਿਗਲੇ ਹੋਇਆ ਲੱਗਦਾ ਸੀ ਹੁਣ ਬਿਲਕੁਲ ਠੀਕ ਆ ਆਪਾਂ 사이ਡ ਤੇ ਪਾਇਆ ਥੋੜਾ ਜਿਹਾ ਕਿ ਚਲੋ ਆਪਾਂ ਟੇਸਟ ਕਰਕੇ ਦੇਖ ਸਕਦੇ ਹਾਂ ਕਿ ਕਿੱਦਾਂ ਮਿੱਠਾ ਆ ਠੀਕ ਆ ਕਿੱਦਾਂ ਫਿੱਕਾ ਆ ਕਿ ਕਿੱਦਾਂ ਆ ਫਿਰ ਆਪਾਂ ਉਸ ਹਾਮ ਨਾਲ ਹੋਰ ਵਿੱਚ ਤੇ ਪਾ ਸਕਦੇ ਕੋੜ ਬਾਹਰ ਵਿੱਚ ਨਹੀਂ ਪੈਣਾ ਹੁਣ ਆਪਾਂ ਪਾ ਸਕਦੇ ਆ ਪਰ ਸਾਡਾ ਬਿਲਕੁਲ ਠੀਕ ਆ ਮਿੱਠਾ ਬਿਲਕੁਲ ਠੀਕ ਆ ਹੁਣ ਆਪਾਂ ਇਸ ਤੋਂ ਬਾਅਦ ਘੜਸ਼ੀਆ ਮਾਰਾਂਗੇ ਕਿਉਂਕਿ ਗਰਮਾ ਹਜੇ ਬਹੁਤ ਜ਼ਿਆਦਾ ਅ ਡ్రਾਈ ਫਰੂਟ ਦੇਖ ਸਕਦੇ ਹੋ ਤੇ ਹੀ ਡ్రਾਈ ਫਰੂਟ ਆਪਾਂ ਕਿੰਨਾ ਪਾਇਆ ਵਿੱਚ ਇਹ ਹਾਂ ਠੰਡਾ ਹੋ ਗਿਆ ਹੈ ਹੁਣ ਆਪਾਂ ਇਹਦੀਆਂ ਪਿੰਨੀਆਂ ਬਣਾਉਣੀ ਸ਼ੁਰੂ ਕਰਨੀਆਂ ਬਸ ਥੋੜਿਆ ਜਿਹਾ ਹੋਰ ਆਪਾਂ ਚੰਗੀ ਤਰ੍ਹਾਂ ਇਹਨੂੰ ਠੰਡਾ ਕਰ ਲਈਏ ਕਿਉਂਕਿ ਜਿੰਨਾ ਇਹ ਗਰਮ ਹੈ ਉਸ ਹਾਲ ਨਾਲ ਆਪਣੇ ਹੱਥ ਸੜ ਸਕਦੇ ਆ ਲੋ ਜੀ ਆਪਾਂ ਹੁਣ ਪਿੰਨੀਆਂ ਬਣਾਉਣ ਲੱਪੇ ਆਂ ਠੰਡਾ ਹੋ ਗਿਆ ਸਾਰਾ ਸਮਾਨ ਜਰਗ ਆਪਾਂ ਇੰਨਾ ਕੁ ਠੰਡਾ ਰੱਖਣਾ ਹੈ ਕਿ ਜਿੰਨਾ ਕ ਆਪਣੇ ਕੋ ਪਿੰਨੀਆਂ ਬਣਾਈ ਜਾਣੀ ਜਿਆਦਾ ਵੀ ਠੰਡਾ ਨਹੀਂ ਕਰਨਾ ਫਿਰ ਬਨਣਿਆਣੀ ਪਿੰਨੀਆਂ ਸੋ ਦੇਖੋ ਪਿੰਨੀਆਂ ਬਨਣੀਆਂ ਸ਼ੁਰੂ ਹੋ ਗਈਆਂ ਆ ਪਿੰਨੀਆਂ ਦਾ ਆਪਾਂ ਆਪਣੇ ਹਿਸਾਬ ਨਾਲ ਸਾਈਜ਼ ਰੱਖਣਾ ਹੈ ਜਿੰਨਾ ਕ ਆਪਾਂ ਨੂੰ ਸਾਈਜ਼ ਚਾਹੀਦਾ ਆ ਨਾ ਆਹੀ ਆਪਣੀਆਂ ਜਾਨ ਨਾ ਹੀ ਆਪਾਂ ਵੱਡੀਆਂ ਰੱਖੀਆਂ ਨਾ ਹੀ ਆਪਾਂ ਛੋਟੀਆਂ ਰੱਖੀਆਂ ਬਿਲਕੁਲ ਮੀਡੀਅਮ ਜਿਹਾ ਸਾਈਜ਼ ਰੱਖਿਆ ਆ ਪਿੰਨੀਆਂ ਦਾ ਇਹ ਹੈ ਕਿ ਆਪਾਂ ਇੱਕ ਵਾਰੀ ਸਵੇਰੇ ਜਦੋਂ ਪਿੰਨੀ ਖਾ ਲਈ ਆਪਾਂ ਚਾਹ ਨਾਲ ਜਾਂ ਦੁੱਧ ਨਾਲ ਤੇ ਆਪਾਂ ਨੂੰ ਸਾਰਾ ਦਿਨ ਭੁੱਖ ਨਹੀਂ ਲੱਗਣੀ ਬਹੁਤ ਵਧੀਆ ਮੈਂ ਕਹਿੰਨਾ ਨਾ ਆਪਾਂ ਨੂੰ ਠੰਡ ਲੱਗਣੀ ਨਾ ਆਪਾਂ ਨੂੰ ਭੁੱਖ ਲੱਗਣੀ ਇਹ ਇੰਨੀ ਵਧੀਆ ਚੀਜ਼ ਆ ਸੋ ਦੇਖੋ ਦੇਸੀ ਘਿਓ ਦੇ ਆਪਾਂ ਕੋਈ ਇਹਦੇ ਵਿੱਚ ਘਾਟਾ ਨਹੀਂ ਕੀਤਾ ਬਹੁਤ ਦੇਸੀ ਘਿਓ ਪਾਇਆ ਡਰਾਈ ਫਰੂਟ ਆਪਾਂ ਬਹੁਤ ਪਾਇਆ ਇਹਦੇ ਵਿੱਚ ਦੇਖੋ ਕਿੰਨੀਆਂ ਵਧੀਆ ਪਿੰਨੀਆਂ ਬਣਦੀਆਂ ਪਈਆਂ ਸੋ ਇੱਥੇ ਆਪਣਾ ਵਲੌਗ ਖਤਮ ਹੁੰਦਾ ਆ ਤੇ ਧੰਨਵਾਦ ਜੀ ਵੀਡੀਓ ਦੇਖਣ ਵਾਸਤੇ ਤੇ ਆਪ ਆਪਣੇ ਚੈਨਲ ਨੂੰ ਸਪੋਰਟ ਕਰੋ ਸਬਸਕ੍ਰਾਈਬ ਕਰੋ ਲਾਈਕ ਕਰੋ ਐਂਡ ਸ਼ੇਅਰ ਕਰੋ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ